ਖੁਸ਼ ਖਬਰੀ ਦੀ ਗੱਲ ਹੈ ਕਿ ਜਿੱਥੇ ਕਹਿੰਦੇ ਸਪਾਉਸ ਵੀ ਦਾ ਬੰਦ ਹੋ ਜਾਣਾ ਸਿਰਫ ਮਾਸਟਰਸ ਵਾਲੇ ਅਪਲਾਈ ਕਰਪੋਣਗੇ ਉੱਥੇ ਪਲੱਸ 2 ਵਾਲਾ ਬੱਚਾ ਵੀ ਸਪਾਉਸ ਵੀ ਅਪਲਾਈ ਕਰ ਸਕਦਾ ਐਲ ਐਮ ਆਈ ਦਾ ਸਮਾਂ 1.5 ਸਾਲ ਤੋਂ ਘਟਾ ਕੇ 6 ਮਹੀਨੇ ਕਰ ਦਿੱਤਾ ਗਿਆ ਸਪਾਉਸ ਬੰਦ ਨਹੀਂ ਹੋਇਆ ਬਟ ਇਹ ਹੈ ਕਿ ਜਿਹੜਾ ਸਿਸਟਮ ਨੇ ਬੀਜੂਜ਼ ਕਰਦੀ ਅਸੀਂ 12ਵੀਂ ਕਲਾਸ ਪਾਸ ਕਰਕੇ ਡਿਪਲੋਮਾ 'ਚ ਆ ਗਏ ਐਡਵਾਂਸਡ ਡਿਪਲੋਮਾ 'ਚ ਆ ਗਏ ਪੀ.ਜੀ ਡਿਪਲੋਮਾ 'ਚ ਆ ਗਏ ਸੋ ਡਿਪਲੋਮੇ ਦੇ ਵਿੱਚ ਸਪਾਉਸ ਬੰਦ ਕੀਤਾ ਗਿਆ ਡਿਗਰੀ 'ਚ ਸਪਾਉਸ ਬੰਦ ਨਹੀਂ ਕੀਤਾ ਗਿਆ ਇੱਕ ਬੈਡ ਟੀਊ ਸੀ ਕਿ ਜਿਹੜੇ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਪ੍ਰੋਗਰਾਮ ਸੀ ਜਿਹਨੂੰ ਟ੍ਰਿਪਲ ਪੀ ਕਾਲਜਸ ਕਿਹਾ ਜਾਂਦਾ ਹੈ ਉਹਨਾਂ ਵਿੱਚ ਵਰਕ ਪਰਮਿਟ 1 ਸਤੰਬਰ ਤੋਂ ਬੰਦ ਕੀਤਾ ਗਿਆ ਸੀ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਬਟ ਹੁਣ ਡੇਟ ਘਟਾ ਦਿੱਤੀ ਗਈ 15 ਮਈ ਕਹਿ ਦਿੱਤੀ ਗਈ ਸਾਰੇ ਕਾਲਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੁਖਚੈਨ ਰਾਹੀ ਆਰਐਸ ਗਲੋਬਲ ਇਮੀਗ੍ਰੇਸ਼ਨ ਦੇ YouTube ਚੈਨਲ ਦੇ ਮਾਧਿਅਮ ਰਾਹੀਂ ਅੱਜ ਕੈਨੇਡਾ 'ਚ ਬੈਠੇ ਆ ਦਫਤਰ ਵਿੱਚ ਆਫਿਸ 'ਚ ਬੈਠ ਕੇ ਤੁਹਾਡੇ ਨਾਲ ਅੱਜ ਕੁਝ ਗੱਲਾਂ ਸਾਂਝੀਆਂ ਕਰਨੀਆਂ ਸੋ ਕੈਨੇਡਾ ਦਾ ਦੌਰਾ ਮੇਰਾ ਸ਼ੂ ਹੋ ਚੁੱਕਿਆ ਜੀ ਜਿਹੜਾ ਕਿ 21 ਮਾਰਚ ਤੋਂ ਲੈ ਕੇ 30 April ਤੱਕ ਸੋ ਸਭ ਤੋਂ ਪਹਿਲਾਂ ਅਨਾਉਂਸਮੈਂਟ ਉਹਨਾਂ ਸਪਾਊਸ ਵੀਜ਼ੇ ਵਾਲਿਆਂ ਲਈ ਜਿਹੜੀ ਹੋਈ ਹੈ ਉਹ ਕਰਾਂਗੇ ਖੁਸ਼ਖਬਰੀ ਦੀ ਗੱਲ ਹੈ ਕਿ ਜਿੱਥੇ ਕਹਿੰਦੇ ਸਪਾਊਸ ਵੀਜ਼ਾ ਬੰਦ ਹੋ ਜਾਣਾ ਸਿਰਫ ਮਾਸਟਰਸ ਵਾਲੇ ਅਪਲਾਈ ਕਰ ਪਉਣਗੇ ਉੱਥੇ ਪਲੱਸ 2 ਵਾਲਾ ਬੱਚਾ ਵੀ ਸਪਾਊਸ ਵੀਜ਼ਾ ਅਪਲਾਈ ਕਰ ਸਕਦਾ ਉਹ ਵੀ ਨਾਲ ਜੁੜ ਕੇ ਵੀਡੀਓ ਪੂਰੀ ਦੇਖਣ ਕਿਹੜੇ-ਕਿਹੜੇ ਕੋਰਸ ਵਿੱਚ ਸਪਾਊਸ ਨਾਲ ਜਾ ਸਕਦਾ ਕੁਝ ਇੱਕ ਬੈਡ ਨਿਊਜ਼ ਵੀ ਹੈ ਐਲ ਐਮ ਆਈ ਦਾ ਸਮਾਂ 1.5 ਸਾਲ ਤੋਂ ਘਟਾ ਕੇ 6 ਮਹੀਨੇ ਕਰ ਦਿੱਤਾ ਗਿਆ ਇਹਦੇ ਕੀ ਇੰਪੈਕਟ ਪਏਗਾ ਪੀ ਆਰ ਵਾਲੇ ਐਪਲੀਕੈਂਟ ਨੂੰ ਉਸ ਤੋਂ ਬਾਅਦ ਜਿਹੜੇ ਟ੍ਰਿਪਲ ਪੀ ਕਾਲਜਸ ਜਿੱਥਾ ਜਿਨ੍ਹਾਂ ਚ ਵਰਕ ਪਰਮਿਟ ਪੋਸਟ ਗ੍ਰੈਜੂਏਟ ਵਰਕ ਪਰਮਿਟ 1 ਸਤੰਬਰ ਤੋਂ ਬੰਦ ਕਰਨ ਜਾ ਰਹੇ ਸੀ ਉਹ ਵੀ ਡੇਟ ਹੁਣ 15 ਮਈ ਕਰ ਦਿੱਤੀ ਗਈ ਹੈ ਸੋ ਇਹਦੇ ਨਾਲ ਦੀ ਨਾਲ ਹੋਰ ਬਥੇਰੀਆਂ ਚੇਂਜਸ ਕੀਤੀਆਂ ਗਈਆਂ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਲਗਾਤਾਰ ਹਰ ਰੋਜ਼ ਕੋਈ ਨਾ ਕੋਈ ਧਮਾਕਾ ਕੋਈ ਨਾ ਕੋਈ ਬੰਬ ਸੁੱਟਿਆ ਜਾ ਰਿਹਾ ਹੈ ਇਮੀਗੇਸ਼ਨ ਮਿਸਟਰੀ ਵੱਲੋਂ ਜਾਂ ਅਲੱਗ-ਅਲੱਗ ਇਮੀਗੇਸ਼ਨ ਰਿਲੇਟਡ ਅਥਾਰਟिटीज ਵੱਲੋਂ ਬਟ ਇਹ ਨਹੀਂ ਕਹਾਂ ਦੱਸਦੇ ਦੋਸਤੋ ਜਿਹੜਾ ਕੈਨੇਡਾ ਹੈ ਨਾ ਇਹ ਇੱਕ ਇਮੀਗੇਸ਼ਨ ਦੀ ਧਰਤੀ ਹੈ ਲੈਂਡ ਆਫ ਇਮੀਗ੍ਰੈਂਟਸ ਹੈ ਸੋ ਇਹਦੀ ਨੀਡਸ ਜਲਦੀ ਕਿਤੇ ਪੂਰੀਆਂ ਨਹੀਂ ਹੁੰਦੀਆਂ ਬਟ ਯੈਸ ਸਿਸਟਮ ਨੂੰ ਸਾਫ਼ ਕਰਨਾ ਵੀ ਹੁਣ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਪਿਛਲੇ 2-3 ਸਾਲਾਂ ਤੋਂ ਜਿੰਨਾ ਕਿਥੇ ਸਿਸਟਮ ਨੂੰ ਅਬਯੂਜ਼ ਕੀਤਾ ਗਿਆ ਜਿੰਨਾ ਕਿ ਸਟੂਡੈਂਟ ਵੀਜ਼ੇ ਦੀ ਗੱਲ ਕਰਾਂ ਵਿਜ਼ਟਰ ਵੀਜ਼ੇ ਦੀ ਗੱਲ ਕਰਾਂ ਜਾਂ ਵਰਕ ਪਰਮਿਟ ਦੀ ਗੱਲ ਕਰਾਂ ਜਿੰਨਾ ਕਿ ਸਿਸਟਮ ਨੂੰ ਅਬਯੂਜ਼ ਕੀਤਾ ਗਿਆ ਹੁਣ ਸਾਫ਼ ਕਰਨਾ ਵੀ ਬਣਦਾ ਪਰ ਖਰ ਮੁੱਦੇ ਤੇ ਆਉਣੇ ਆ ਸਭ ਤੋਂ ਪਹਿਲਾਂ ਤਾਂ ਦੱਸ ਦੀ ਕਿ ਜੋ ਬਿਗ ਚੇਂਜਸ ਆਏ ਸਭ ਤੋਂ ਵੱਡੇ ਜੋ ਬਦਲਾਵ ਕੀਤੇ ਗਏ ਨੇ ਉਹ ਤਾਂ ਹੈ ਕਿ 19 ਮਾਰਚ ਤੋਂ ਬਾਅਦ ਜਿਹੜਾ ਹੁਣ ਸਪਾਊਸ ਵੀਜ਼ਾ ਬੈਨ ਕਰ ਦਿੱਤਾ ਗਿਆ ਜਿਹੜੇ ਪਲਾਸੂ ਕਰਕੇ ਡਿਪਲੋਮਾ ਚ ਹੁੰਦੇ ਸੀ ਤੁਸੀਂ ਬੈਚਲਰ ਕਰਕੇ ਮਾਸਟਰ ਡਿਗਰੀ ਚ ਆ ਰਹੇ ਹੋ ਤੁਸੀਂ ਆਪਣੇ ਸਪਾਊਸ ਨੂੰ ਬੱਚੇ ਨੂੰ ਨਾਮ ਲੈ ਕੇ ਜਾ ਸਕਦੇ ਹੋ ਕੋਈ ਰੋਕ ਟੋਕ ਨਹੀਂ ਕੋਈ ਵੈਨ ਨਹੀਂ ਪਲੱਸ ਜੇ 12ਵੀਂ ਕਰਕੇ ਤੁਸੀਂ ਅੱਗੇ ਬੈਚਲਰ ਆਫ ਫਾਰਮੇਸੀ ਪੜ੍ਹਦੇ ਹੋ ਬੈਚਲਰ ਆਫ ਇੰਜੀਨੀਅਰਿੰਗ ਕਰਦੇ ਹੋ ਬੈਚਲਰ ਆਫ ਸਾਇੰਸ ਕਰਦੇ ਹੋ ਬੈਚਲਰ ਆਫ ਐਜੂਕੇਸ਼ਨ ਡਿਗਰੀ ਪ੍ਰੋਗਰਾਮ ਪੜ੍ਹਦੇ ਹੋ ਤਾਂ ਸਪਾਊਸ ਨੂੰ ਨਾਮ ਲੈ ਕੇ ਜਾਇਆ ਜਾ ਸਕਦਾ ਲਿਸਟ ਮੈਂ ਵੀਡੀਓ ਚ ਸਾਈਟ ਤੇ ਚਲਵਾ ਦਾਂਗਾ ਲਿਸ ਤੁਸੀਂ ਦੇਖ ਲਓਗੇ ਉਹ ਜਾ ਕੇ ਤੁਸੀਂ आरसीएसी ਦੀ ਵੈਬਸਾਈਟ ਤੇ ਦੇਖ ਸਕਦੇ ਹੋ ਬਟ ਉਹ ਲਿਸਟ ਮੈਂ ਤੁਹਾਨੂੰ ਇਸ ਵੀਡੀਓ ਥੱਲੇ ਨਾਲ ਡਿਸਕ੍ਰਿਪਸ਼ਨ ਚ ਪਵਾ ਦਾਂਗੇ ਕਿ ਕਿਹੜੇ ਕਿਹੜੇ ਪ੍ਰੋਗਰਾਮ ਚ ਸਪਾਊਸ ਜਾ ਸਕਦਾ ਸੋ ਸਪਾਊਸ ਬੰਦ ਨਹੀਂ ਹੋਇਆ ਬਟ ਇਹ ਹੈ ਕਿ ਜਿਹੜਾ ਸਿਸਟਮ ਨੇ ਬੀਯੂਜ਼ ਕਰਦੇ ਅਸੀਂ 12ਵੀਂ ਕਲਾਸ ਪਾਸ ਕਰਕੇ ਡਿਪਲੋਮਾ ਚ ਆ ਗਏ ਐਡਵਾਂਸਡ ਡਿਪਲੋਮਾ ਚ ਆ ਗਏ ਪੀਜੀ ਡਿਪਲੋਮਾ ਚ ਆ ਗਏ ਸੋ ਡਿਪਲੋਮੇ ਦੇ ਵਿੱਚ ਸਪਾਊਸ ਬੰਦ ਕੀਤਾ ਗਿਆ ਡਿਗਰੀ ਚ ਸਪਾਊਸ ਬੰਦ ਨਹੀਂ ਕੀਤਾ ਗਿਆ ਇਹ ਸਭ ਤੋਂ ਵੱਡੀ ਰੈਲੈਕਸੇਸ਼ਨ ਹੈ ਸਪਾਊਸ ਤੇ ਆਉਣ ਵਾਲੇ ਲਈ ਕੈਨੇਡਾ ਦੂਜਾ ਇੱਕ ਬੈਡ ਨਿਊਜ਼ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਪ੍ਰੋਗਰਾਮ ਸੀਜ ਨੂੰ ਟ੍ਰਿਪਲ ਪੀ ਕਾਲਜਸ ਕਿਹਾ ਜਾਂਦਾ ਹੈ ਉਹਨਾਂ ਵਿੱਚ ਵਰਕ ਪਰਮਿਟ 1 ਸਤੰਬਰ ਤੋਂ ਬੰਦ ਕੀਤਾ ਗਿਆ ਸੀ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਆ ਬਟ ਉਹਨਾਂ ਡੇਟ ਘਟਾ ਦਿੱਤੀ ਗਈ 15 ਮਈ ਕਹਿ ਦਿੱਤੀ ਗਈ ਹੈ ਸੁਣੋ ਚਾਹ ਕੇ ਬਹੁਤ ਸਾਰੇ ਪ੍ਰਾਈਵੇਟ ਪਬਲਿਕ ਜਿਹੜੇ ਕਾਲਜਸ ਨਾਲ ਜਿਹੜਾ ਪਾਥ ਵਿ ਚੱਲਦਾ ਸੀ ਉਹਨਾਂ ਨੇ ਸਤੰਬਰ ਇਨਟੇਕ ਦੀ ਬਜਾਏ ਆਪਣੀ ਇਨਟੇਕ ਜੁਲਾਈ ਆਗਸਟ ਕਰ ਦਿੱਤੇ ਗਏ ਤਾਂ ਕਿ ਆਪਾਂ ਇੱਕ ਬੈਚ ਹੋਰ ਬੱਚਿਆਂ ਨੂੰ ਗੁੰਮਰਾ ਕਰ ਸਕੀਏ ਬਟ ਉਹਨਾਂ ਨੂੰ ਧਿਆਨ ਚ ਰੱਖਦੇ ਹੋਏ ਇਮੀਗ੍ਰੇਸ਼ਨ ਨੇ ਨਵਾਂ ਡਿਸੀਜਨ ਲੈ ਲਿਆ ਕਿ ਅਗਰ ਤੁਸੀਂ ਜੁਲਾਈ-ਅਗਸਟ ਵਿੱਚ ਇੰਟੈਕ ਸ਼ੁਰੂ ਕਰਦੇ ਹੋ ਤਾਂ ਵੀ ਵਰਕ ਪਰਮਿਟ ਮਿਲਣਾ ਕਿਉਂਕਿ ਦੀਡ ਹੀ 15 ਵੀ ਕਰ ਦਿੱਤੀ ਗਈ ਹੈ ਸੋ ਬੇਸਿਕਲੀ ਮਨ ਕੇ ਚੱਲੋ ਵੀ ਜਿਹੜੇ ਪਬਲਿਕ ਪ੍ਰਾਈਵੇਟ ਕਾਲਜਸ ਜਿਹੜੇ ਪਾਰਟਨਰਸ਼ਿਪ ਪ੍ਰੋਗਰਾਮ ਸੀ ਇਹ ਕਾਲਜ ਸੀ 17-18 ਲਿਸਟ ਸੀਗੀ ਉਹ ਮੈਂ ਲਿਸਟ ਅੱਗੇ ਇੱਕ ਵਾਰ ਵੀਡੀਓ ਵੀਡੀਓ ਸ਼ੇਅਰ ਵੀ ਕੀਤੀ ਸੀ ਤੇ ਉਹਦੇ ਵਿੱਚ ਹੁਣ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਣਾ ਹੁਣ ਪੋਸਟ ਗ੍ਰੈਜੂਏਟ ਵਰਕ ਪਰਮਿਟ ਕੇਵਲ ਔਰ ਕੇਵਲ ਪਬਲਿਕ ਕਾਲਜ ਯੂਨੀਵਰਸਿਟੀ ਚ ਮਿਲਣਾ ਹੈ ਪ੍ਰਾਈਵੇਟ ਕਾਲਜਸ ਜਾਂ ਜਿਹੜੇ ਤੀਜੀ ਸਭ ਤੋਂ ਵੱਡੀ ਜਿਹੜੀ ਚੇਂਜਸ ਹੈ ਕੀਤੀ ਗਈ ਹੈ ਕੋਵਿਡ ਦੇ ਵਿੱਚ ਐਲ ਐਮ ਆਈ ਦਾ ਜਿਹੜਾ ਸਮਾਂ ਸੀ ਐਲ ਐਮ ਆਈ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਉਹ ਇੱਕ ਵਰਕ ਪਰਮਿਟ ਲੈ ਆਂਦਾ ਜੋ ਸਹਾਰਾ ਜੀ ਨੂੰ ਐਲ ਐਮ ਆਈ ਕਿਹਾ ਜਾਂਦਾ ਸੋ ਉਹਦੀ ਜਿਹੜੀ ਵੈਲਿਡਿਟੀ ਸੀ ਉਹ ਪਹਿਲਾਂ 18 ਮਹੀਨੇ ਸੀ 1.5 ਸਾਲ ਉਹ ਘਟਾ ਕੇ ਹੁਣ 6 ਮਹੀਨੇ ਕਰ ਦਿੱਤੀ ਗਈ ਕੋਵਿਡ ਦੇ ਵਿੱਚ ਦੀ ਵੈਲਿਡਿਟੀ ਵਧਾਈ ਗਈ ਸੀ ਬੱਟ ਉਹ ਵੈਲਿਡਿਟੀ ਫੇਰ ਘਟਾ ਦਿੱਤੀ ਗਈ ਹੁਣ ਇਹਦੇ ਇੰਪੈਕਟ ਕੀ ਪੈਣਗੇ 50 ਪੁਆਇੰਟ ਦੀ ਐਲਐਮਆਈ ਲੈ ਕੇ ਜ਼ਿਆਦਾਤਰ ਐਪਲੀਕੈਂਟ ਜਿਹੜੇ ਪੜ੍ਹਾਈ ਪੂਰੀ ਕਰਕੇ ਆਪਣਾ ਸੀਆਰਐਸ ਕੋਰ ਨਹੀਂ ਪੂਰਾ ਕਰ ਪਾਉਂਦੇ ਉਹ ਐਲਐਮਆਈ 50 ਪੁਆਇੰਟ ਦੀ ਲੈ ਕੇ ਆਪਣੀ ਪੀਆਰ ਦੇ ਪੁਆਇੰਟ ਪੂਰੇ ਕਰਦੇ ਸੀ ਹੁਣ ਪ੍ਰੋਬਲਮ ਕੀ ਪੈਣੀ ਉਹਦੇ ਐਲਐਮਆਈ ਤਾਂ 50 ਪੁਆਇੰਟ ਦੀ ਲੈ ਕੇ ਅਗਰ ਕਿਸੇ ਦਾ ਸਕੋਰ 475 ਬਣਦਾ 50 ਪੁਆਇੰਟ ਐਡ ਕਰਕੇ ਉਹਨੇ 525 ਪੁਆਇੰਟ ਆਪਣੇ ਕੈਲਕੂਲੇਟ ਕੀਤੇ ਇਨਵਾਈਟ 6 ਮਹੀਨੇ ਨਹੀਂ ਆਇਆ ਤਾਂ ਉਹਦੀ ਐਲਐਮਆਈ ਐਕਸਪਾਇਰ ਹੋ ਜਾਣੀ ਸੋ ਉਹਦੇ ਪੁਆਇੰਟ ਫਿਰ 425 ਦੀ 525 بجائے 475 ਰਹਿ ਜਾਣੇ ਤੋਂ 50 ਪੁਆਇੰਟ ਉਹਦੇ ਫਿਰ ਕੈਨਸਲ ਹੋ ਜਾਣਗੇ ਆ ਦਿੱਕਤ ਆ ਕਿ ਹੁਣ ਉਹਨਾਂ ਨੂੰ ਐਲਐਮਆਈ ਜੇ ਲਈ ਤੇ ਉਹਦੇ ਉੱਤੇ ਆਪਦਾ ਜੇ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਤਾਂ ਐਲਐਮਆਈ ਦੇ ਬੇਸ ਤੇ ਆਪਦੀ ਵਰਕ ਪਰਮਿਟ ਲੈ ਕੇ ਉਹਦੀ ਬੈਨੀਫਿਟ ਲੈਣੇ ਪੈਣਗੇ ਬਟ ਜੇ ਤੁਸੀਂ 50 ਪੁਆਇੰਟ ਦੀ ਐਲਐਮਆਈ ਲੈ ਰਹੇ ਹੋ ਵਿਥਿਨ 6 ਮਨთ ਤੁਹਾਡਾ ਡਰਾ ਨਹੀਂ ਨਿਕਲਿਆ ਤੁਹਾਡਾ ਇਨਵਾਈਟ ਨਹੀਂ ਤੁਹਾਨੂੰ ਮਿਲਿਆ ਤਾਂ ਉਹ ਐਲਐਮਆਈ ਕੈਨਸਲ ਤੇ ਡਿਪੁਆਇੰਟ ਫੇਰ ਘਟ ਜਾਣਗੇ ਇੱਕ ਬੜਾ ਵੱਡਾ ਮੁੱਦਾ ਅੱਜ 온ਟਾਰੀਓ ਦੇ ਵਿੱਚ BC ਵਿੱਚ ਪਲੱਸ 2 ਪੜੇ ਬੱਚੇ ਨੂੰ PR ਨੂੰ ਲੈ ਕੇ ਬੜੀਆਂ ਮੁਸ਼ਕਲਤਾਂ ਦਾ ਮੁਸ਼ਕਲਾਂ ਸਾਹਮਣਾ ਕਰ ਮੈਂ ਅਗਲੇ 30 April ਤੱਕ ਇੱਥੇ ਹਲੇ 40 ਦਿਨ ਇੱਥੇ ਹੋਰ ਹੈਗਾ ਸੋ ਤੁਸੀਂ ਅਗਰ ਕੈਨੇਡਾ ਚ ਪੜ੍ਹਾਈ ਪੂਰੀ ਕਰ ਲਈ ਹੈ ਤੁਸੀਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਹੋ ਤੁਹਾਡੇ ਪੁਆਇੰਟ ਪੂਰੇ ਨਹੀਂ ਹੋ ਪਾਰੇ ਮਿਸਗਾਈਡ ਹੋ ਕੇ ਆਪਦਾ ਸਮਾਂ ਖਰਾਬ ਨਾ ਕਰਿਓ ਮੈਂ ਆਫਿਸ ਬੈਠਾ ਜ ਤਕਰੀਬਨ 30 ਤੋਂ 35 ਜਾਨਾਂ ਨਾਲ ਮਿਲਣ ਦਾ ਮੌਕਾ ਮਿਲਿਆ ਗੱਲਬਾਤ ਹੋਈ ਉਹ ਐਪਲੀਕੈਂਟ ਮਿਲੇ ਜਿਨ੍ਹਾਂ ਦਾ ਵਰਕ ਪਰਮਿਟ ਕਿਸੇ ਦਾ ਮਈ ਕਿਸੇ ਦਾ ਜੂਨ ਕਿਹੜਾ ਜੁਲਾਈ ਚ ਮੁੱਕ ਰਿਹਾ ਪੜ੍ਹਾਈ 2 ਸਾਲ ਦੀ ਹੋਗੀ ਤ aí ਪੌਣੇ 3 ਸਾਲ ਦਾ ਵਰਕ ਪਰਮਣ ਮੁੱਕ ਗਿਆ ਅੱਜ ਹੁਣ ਜੂਨ ਜੁਲਾਈ 2024 ਨੂੰ ਵਰਕ ਪਰਮਣ ਮੁੱਕ ਜਾਣਾ ਹੱਥਾਂ ਪੈਰਾਂ ਦੀ ਪਈ ਕੀ ਕੀਤਾ ਜਾਵੇ ਇਦਾਂ ਦੇ ਐਪਲੀਕੈਂਟ ਨਾਲ ਮੁੜ ਕੇ ਉਹ ਕਹਿੰਦੇ ਵੀ ਨਾ ਫਿਰ ਕੈਨੇਡਾ ਜੋਗਾ ਤੇ ਨਾ ਇੰਡੀਆ ਜੋਗਾ ਰਹਿੰਦਾ ਨਾ ਵਿਚਾਰਾ ਵਾਪਸ ਜਾਂ ਜਾ ਜੋਗਾ ਤਨ ਇੱਥੇ ਰਹਿਣ ਜੋਗਾ ਔਰ ਜੋ ਉਹਨਾਂ ਨੂੰ ਬੜੇ ਪੁੱਠੇ ਸਿੱਦੇ ਰਸਤੇ ਇਖਤियार ਕਰਨੇ ਪੈ ਰਹੇ ਆ ਸੋ ਅਗਰ ਤੁਸੀਂ ਪੜ੍ਹਾਈ ਪੂਰੀ ਕੰਪਲੀਟ ਕਰ ਚੁੱਕੇ ਹੋ ਤੁਹਾਡੇ ਕੋਲ 3 ਸਾਲ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈ ਤੁਸੀਂ ਪਹਿਲੇ ਸਾਲ ਪਹਿਲੇ ਸਾਲ ਕੀ ਪਹਿਲੇ ਮਹੀਨੇ 2 ਮਹੀਨੇ ਚ ਆਪਦਾ ਪਲਾਨ ਪੂਰਾ ਇੱਕ ਜਿਹੜਾ ਬ੍ਰਿਜ ਤਿਆਰ ਕਰੋ ਕਿ ਮੈਂ ਪੀਆਰ ਲਈ ਪੁਆਇੰਟ ਕਿਵੇਂ ਪੂਰੇ ਕਰਨੇ ਹਨ ਅਗਰ ਹੰਟੈਰੀ ਉਚ ਬੈਠੇ ਹੋ ਸਕਿੱਲ ਟ੍ਰੇਡ ਦੇ ਥਰੂ ਤੁਸੀਂ ਆਪਦੀ ਪੀਆਰਪੀ ਲੈਣਾ ਚਾਹੁੰਦੇ ਹੋ ਫਿਰ ਤਾਂ ਚੰਗੀ ਗੱਲ ਹੈ ਜੇ ਸੋਚਦੇ ਮੈਂ 12ਵੀਂ ਕਰਕੇ ਕੋਈ ਆਫਿਸ ਐਡਮਿਨ ਦੀ ਜੌਬ ਦਿਖਾ ਕੇ ਜਾਂ ਮੈਂ ਕੋਈ ਹੋਰ ਨੌਕ ਬੀ ਦੀ ਜੌਬ ਦਿਖਾ ਕੇ ਪੀਆਰ ਦੇ ਪੁਆਇੰਟ ਪੂਰੇ ਕਰ ਲੂੰਗਾ ਨਹੀਂ ਹੋਣੇ ਇਵੇਂ ਕਿ 877 ਆਇਲਸ ਦਾ ਸਕੋਰ ਲੈ ਕੇ ਵੀ ਤੁਹਾਡਾ ਸਕੋਰ 500 ਨਹੀਂ ਪਹੁੰਚਣਾ ਔਰ ਅੱਜ 521 ਸਕੋਰ ਚੱਲਦਾ ਪਿਆ ਇੰਨੀ ਗੱਲ ਜੁਰ ਦੱਸਦਾ ਕਿ ਹੁਣ ਆਉਂਦੇ ਸਮੇਂ 'ਚ ਜੋ ਇਮੀਗ੍ਰੇਸ਼ਨ ਮਿਨਿਸਟਰ ਦੇ ਬਿਆਨ ਦੇਖਣ ਨੂੰ ਮਿਲੇ ਸੋਨਾਂ ਨੂੰ ਮਿਲੇ ਡੋਮੈਸਟਿਕ ਜਿਹੜੇ ਡਰਾਅ ਕੱਢੇ ਜਾਣਗੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਪਿਛਲੇ ਕਈ ਸਾਲਾਂ ਤੋਂ ਨਹੀਂ ਨਿਕਲਿਆ 1.5-2 ਸਾਲ ਤੋਂ ਉਹਦੇ ਵੱਲ ਧਿਆਨ ਦਿੱਤਾ ਜਾਏਗਾ ਜਾਂ PNP ਵਾਲੇ ਪਾਸੇ ਸੋਚੇ ਲਓਗੇ ਸੋ ਉਹਨਾਂ ਦਾ ਹੁਣ ਇਹ ਕਹਿਣਾ ਹੈ ਕਿ ਅਸੀਂ ਬਾਹਰੋਂ ਇਮੀਗ੍ਰੈਂਟ ਬੁਲਾਉਣ ਦੀ بجائے ਜਿਹੜੇ ਸਾਡੇ ਦੇਸ਼ ਵਿੱਚ ਆ ਕੇ ਪੜੇ ਨੇ ਸਾਡੇ ਕੋਲ ਐਕਸਪੀਰੀਅੰਸ ਲਿਆ ਉਹਨਾਂ ਨੂੰ ਪੁਆਇੰਟ ਪੂਰੇ ਕਰਕੇ PR ਪਹਿਲਾਂ ਦਿੱਤੀ ਜਾਏਗੀ ਬਟ ਫਿਰ ਵੀ ਹੰਟੈਰੀਓ ਬਰਿਟਿਸ਼ ਕੋਲੰਬੀਆ ਵਰਗੇ ਪ੍ਰਿੰਸ ਵਿੱਚ ਪ੍ਰੋਵਿੰਸਰਸ ਵਿੱਚ PR ਨੇ ਇੰਨੀ ਸੌਖੀ ਨਹੀਂ ਲਗੀ ਸਪੈਸ਼ਲੀ ਤੁਸੀਂ ਅਗਰ ਹੰਟੈਰੀਓ ਚ ਬੈਠੇ ਹੋ ਪੜਾਈ ਪੂਰੀ ਹੋ ਗਈ ਵਰਕ ਪਰਮਿਟ ਤੇ ਹੋ ਆਪਦੀ ਸਹੀ ਗਾਈਡੈਂਸ ਲਈ ਮੇਰੇ ਨਾਲ ਜਾਂ ਮੇਰੀ ਟੀਮ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਸਕ੍ਰੀਨ ਤੇ ਨੰਬਰ ਚੱਲ ਰਿਹਾ ਜੀ 365773455 ਇਸ ਨੰਬਰ ਤੇ ਕਾਲ ਕਰਕੇ ਜਾਂ WhatsApp ਮੈਸੇਜ ਕਰਕੇ ਪਮਣ ਲੈ ਕੇ ਮਿਲੋ ਮਿਸਾਗਾ ਵਿੱਚ ਡਿਕਸੀ ਡੇਰੀ ਤੇ ਸਾਡਾ ਆਫਿਸ ਹੈ ਉੱਥੇ ਮੇਰੀ ਅਵੇਲੇਬਿਲਟੀ ਹੈ ਮੰਡੇ ਟੂ ਫਰਡੇ ਤੁਸੀਂ ਆ ਕੇ ਆਪਦੀ ਅਸੈਸਮੈਂਟ ਕਰਵਾ ਕੇ ਸਹੀ ਗਾਈਡੈਂਸ ਲੈ ਸਕਦੇ ਹੋ ਕਿ ਮੈਂ ਆਪਦੇ ਪੁਆਇੰਟਸ ਕਿਵੇਂ ਪੂਰੇ ਕਰ ਸਕਦਾ ਨਹੀਂ ਤੇ ਤੁਹਾਡਾ ਵੀ ਹਾਲ ਉਹਨਾਂ ਨਿਆਣਿਆਂ ਵਰਗਾ ਹੋਏਗਾ ਬਾਅਦ ਵਿੱਚ ਜਦੋਂ 2 2 3 3 ਮਹੀਨੇ ਪਿੱਛੇ ਰਹਿ ਗਏ ਵਰਕ ਪਰ ਮੁਕਣ ਉਦੋਂ ਫਿਰ ਅਸੀਂ ਮਹਿੰਗੀ ਐਲਐਮਆਈ ਲੈਂਡ ਦੀ ਗੱਲ ਕਰ ਰਿਹਾ ਜਾਲੀ ਜੌਬ ਆਫਰ ਲੈਣ ਦੀ ਗੱਲ ਕਰਦੇ ਚਲੋ ਭਾਜੀ ਨੋਵਾ ਸਕੋਸ਼ੀਆ ਕਰਾ ਲਓ ਅਲਬਰਟਾ ਕਰਾ ਦਿਓ ਮੈਨੀਟੋਬਾ ਕਰਾ ਦਿਓ ਉਦੋਂ ਫਿਰ ਕੁਝ ਨਹੀਂ ਹੋਣਾ ਅੱਜ ਸਹੀ ਸਮੇਂ ਤੇ ਜਦੋਂ ਤੁਸੀਂ ਘਰੋਂ ਨਿਕਲਦੇ ਹੋ ਨਾ ਤੇ ਤੁਸੀਂ ਆਪਣੀ ਗੱਡੀ ਤੇ ਮੈਪ ਤੇ ਲਾਇਆ ਕਿ ਮੇਰੀ ਆ ਡੈਸਟੀਨੇਸ਼ਨ ਹੈ ਤੇ ਤੁਹਾਨੂੰ ਗੱਡੀ ਤੁਹਾਨੂੰ ਗੂਗਲ ਮੈਪ ਉਸ ਡੈਸਟੀਨੇਸ਼ਨ ਤੇ ਲੈ ਕੇ ਜਾਂਦਾ ਪਰ ਜੇ ਤੁਸੀਂ ਗੱਡੀ 'ਚ ਬੈਠੇ ਤੁਹਾਨੂੰ ਪਤਾ ਨਹੀਂ ਤੇ ਤੁਹਾਡੀ ਡੈਸਟੀਨੇਸ਼ਨ ਕਿੱਥੇ ਆ ਤੇ ਤੁਹਾਨੂੰ ਕੋਈ ਗੂਗਲ ਡਰਾਈਵ ਜਿਹੜਾ ਗੂਗਲ ਮੈਪ ਕਿਤੇ ਲੈ ਕੇ ਨਹੀਂ ਜਾ ਸਕਦਾ ਤੁਕ ਨੂੰ ਪਤਾ ਨਹੀਂ ਤੁਸੀਂ ਐਡਰੈਸ ਹੀ ਨਹੀਂ ਭਰਿਆ ਤਾਂ ਤੁਹਾਡੀ ਆਪਣੀ ਡੈਸਟੀਨੇਸ਼ਨ ਹੀ ਪਤਾ ਸੋ ਜਦ ਤੱਕ ਤੁਹਾਡੇ ਕੋਲ ਆਪਣੀ ਡੈਸਟੀਨੇਸ਼ਨ ਤੁਹਾਡਾ ਆਪਣਾ ਵਿਜਨ ਤੁਹਾਡਾ ਆਪਣਾ ਫੋਕਸ ਤੁਹਾਡਾ ਆਪਣਾ ਮੰਜ਼ਿਲ ਤੁਹਾਡੀ ਜਿਹੜਾ ਆਬਜੈਕਟਿਵ ਕਲੀਅਰ ਨਹੀਂ ਹੈ ਤਦ ਤੱਕ ਠੇਡੇ ਖਾਨ ਨਾਲੋਂ ਚੰਗਾ ਕਿ ਤੁਸੀਂ ਅੱਜ ਆਪਦਾ ਇੱਕ ਸਹੀ ਡਿਸੀਜਨ ਲਓ ਸੋ ਦੋਸਤੋ ਅਗਰ ਵਰਕ ਪਰਮਿਟ ਤੇ ਹੋ ਸਹੀ ਗਾਈਡੈਂਸ ਲੈ ਕੇ ਆਪ ਦਾ ਸੇਇਰਾ ਸਕੋਰ ਪੂਰਾ ਕਰਨਾ ਚਾਹੁੰਦੇ ਹੋ ਕਿ ਨਾਰਮਲੀ 531 ਸਕੋਰ ਪੂਰੇ ਨੋ ਪਾਰੀ ਕਿਸੇ ਦੇ ਉਹ ਉਹ ਪੁਆਇੰਟ ਕਿਵੇਂ ਪੂਰੇ ਕੀਤੇ ਜਾ ਸਕਦੇ ਆ 200 ਪੁਆਇੰਟ ਤੱਕ ਬੜੀ ਆਸਾਨੀ ਨਾਲ ਪੂਰਾ ਕੀਤਾ ਜਾ ਸਕਦਾ ਕਿਵੇਂ ਉਹਦੇ ਲਈ ਮੇਰੇ ਨਾਲ ਮੇਰੀ ਟੀਮ ਨਾਲ ਪਾਮੈਂਟ ਲੈ ਕੇ ਮਿਲਿਆ ਜਾ ਸਕਦਾ ਤੁਸੀਂ ਵਿਜ਼ਿਟਰ ਵੀਜ਼ੇ ਤੇ ਆਇਓ ਅੱਗੇ ਵਰਕ ਪਰਮਿਟ ਲੈਣਾ ਚਾਹੁੰਦੇ ਹੋ ਥਾਂ ਥਾਂ ਇੱਧਰ ਖੱਜਲ ਖਵਾਰ ਹੁੰਦੀ ਲੋੜ ਨਹੀਂ ਐਕਸਪਰਟ ਹੁੰਦੀ ਲੋੜ ਨਹੀਂ ਮਹਿੰਗੇ ਚੜ ਜਿਹੜੇ 50000 ਡਾਲਰ ਐਲ ਐਮ ਆਈ ਦੇ ਨਾਂ ਤੇ ਦੇਣ ਦੀ ਲੋੜ ਨਹੀਂ ਤੁਸੀਂ ਘੱਟ ਪੈਸਿਆਂ 'ਚ ਬਹੁਤ ਨੋਮੀਨਲ ਜੀ ਕਾਸਟ ਤੇ ਜੈਨੂਨ ਲੀਗਲ ਤਰੀਕੇ ਵਿਸਟਰ ਵੀਦੇ ਨੂੰ ਵਰਕ ਪਰਮਿਟ ਚੇਕਰਾ ਸਕਦੇ ਹੋ ਜਾਂ ਫਿਰ ਤੁਸੀਂ ਪ੍ਰਾਈਵੇਟ ਕਾਲਜ ਪੜ੍ਹ ਰਹੇ ਹੋ ਅੱਗੇ ਪੜ੍ਹਾਈ ਨਹੀਂ ਹੋ ਪਾ ਰਹੀ ਜਾਂ ਪੜ੍ਹਾਈ ਮੁੱਕ ਗਈ ਅੱਗੇ ਵਰਕ ਪਰਮਿਟ ਨਹੀਂ ਮਿਲ ਪਾ ਰਿਹਾ ਹੁਣ ਅੱਗੇ ਪਬਲਿਕ ਕਾਲਜ ਲੈ ਕੇ ਪੜ੍ਹਨਾ ਚਾਹੁੰਦੇ ਹੋ ਜਾਂ ਵਰਕ ਪਰਮਿਟ ਲੈ ਕੇ ਪੀਆਰ ਦੇ ਰਸਤੇ ਚੱਲਣਾ ਚਾਹੁੰਦੇ ਹੋ ਉਹ ਸਟੂਡੈਂਟ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਜਿਹੜੇ ਇਥੇ ਪ੍ਰਾਈਵੇਟ ਕਾਲਜ ਚ ਆਏ ਨੇ ਅੱਗੇ ਪੀਆਰ ਦਾ ਰਸਤਾ ਕਿਵੇਂ ਸੌਖਾ ਕੀਤਾ ਜਾ ਸਕਦਾ ਜਾਂ ਫਿਰ ਸਪਾਊਸ ਦੀ ਐਪਲੀਕੇਸ਼ਨ ਅਪਲਾਈ ਕਰਨਾ ਚਾਹੁੰਦੇ ਹੋ 12ਵੀਂ ਪਾਸ ਕਿਵੇਂ ਸਪਾਊਸ ਕੇ ਦੇ ਕਿਹੜੇ ਪ੍ਰੋਗਰਾਮ ਜਾ ਸਕਦਾ ਤਮਾਮ ਸਾਰੀਆਂ ਜਾਣਕਾਰੀਆਂ ਲਈ ਮੇਰੇ ਨਾਲ ਮੇਰੇ ਵੀਜ਼ਾਗਾ ਦਫ਼ਤਰ ਵਿੱਚ 30 ਅਪ੍ਰੈਲ ਤੱਕ ਮਿਲਿਆ ਜਾ ਸਕਦਾ ਨੰਬਰ ਨੋਟ ਕਰ ਲਓ 365773455 ਨੰਬਰ ਸਕ੍ਰੀਨ ਤੇ ਫਲੈਸ਼ ਹੋ ਰਿਹਾ ਇਸ ਨੰਬਰ ਤੇ ਕਾਲ ਕਰਕੇ ਜਾਂ WhatsApp ਮੈਸੇਜ ਕਰਕੇ ਪਾਣੀ ਲਈ ਜਾ ਸਕਦੀ ਹੈ ਐਂਡ